ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਦੱਖਣ ਕੋਰੀਆ ਤੋਂ ਤਾਇਵਾਨ ਜਾਣ ਵਾਲੀ ਬੋਇੰਗ ਦੀ ਫਲਾਈਟ ਉਡਾਨ ਭਰਨ ਤੇ ਕੁਝ ਦੇਰ ਬਾਅਦ ਅਚਾਨਕ 26,900 ਫੁੱਟ ਹੇਠਾਂ ਆ ਗਈ, ਜਿਸ ਦੇ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਕਈ ਯਾਤਰੀਆਂ ਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਹੋਈ ਤੇ ਕੰਨ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਫਲਾਈਟ ਦੇ ਕਰੂ ਮੈਂਬਰਸ ਨੇ ਯਾਤਰੀਆਂ ਨੂੰ ਆਕਸੀਜਨ ਮਾਸਕ ਵੀ ਲਗਵਾਏ। ਦੱਸ ਦੇਈਏ ਕਿ ਇੱਕ ਰਿਪੋਰਟ ਦੇ ਮੁਤਾਬਕ ਫਲਾਈਟ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ 4:45 ਉੱਤੇ ਦੱਖਣ ਕੋਰੀਆ ਦੇ ਇੰਚਿਓਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਉਡਾਨ ਭਰੀ ਸੀ। ਉਡਾਨ ਦੇ 50 ਮਿੰਟ ਬਾਅਦ ਹੀ ਉਸੇ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਇਸ ਕਾਰਨ ਫਲਾਈਟ 15 ਮਿੰਟ ਦੇ ਵਿੱਚ ਹੀ 26,900 ਫੁੱਟ ਹੇਠਾਂ ਆ ਗਈ ਅਤੇ ਉਸ ਸਮੇਂ ਇਹ ਦੱਖਣ ਕੋਰੀਆ ਦੇ ਜੇਜੂ ਦੀਪ ਦੇ ਉੱਪਰ ਸਨ। ਉਦੋਂ ਜਹਾਜ਼ ਦੇ ਪ੍ਰੈਸ਼ਰ ਸਿਸਟਮ ਨੇ ਤਕਨੀਕੀ ਖਰਾਬੀ ਦਾ ਸਿਗਨਲ ਦਿੱਤਾ, ਜਿਸ ਦੇ ਬਾਅਦ ਫਲਾਈਟ ਨੂੰ ਟੇਕ ਆਫ ਦੇ ਲਈ ਲੋਕੇਸ਼ਨ ਇੰਚਿਓਨ ਕੌਮਾਂਤਰੀ ਹਵਾਈ ਅੱਡੇ ਉੱਤੇ ਉਤਾਰਿਆ ਗਿਆ। ਫਲਾਈਟ ਦੀ ਉਚਾਈ ਅਚਾਨਕ ਘੱਟ ਹੋਣ ਦੀ ਵਜ੍ਹਾ ਦੇ ਨਾਲ ਜ਼ਖਮੀ ਹੋਏ 17 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਹਾਲਾਂਕਿ ਉਹਨਾਂ ਨੂੰ ਕੁਝ ਸਮੇਂ ਬਾਅਦ ਡਿਸਚਾਰਜ ਵੀ ਕਰ ਦਿੱਤਾ ਗਿਆ ਸੀ। ਦੂਜੇ ਪਾਸੇ 15 ਯਾਤਰੀਆਂ ਨੇ ਕੰਨ ਦੇ ਪਰਦੇ ਵਿੱਚ ਦਰਜ ਜਾਂ ਹਾਈਪਰ ਵੈਂਟੀਲੇਸ਼ਨ ਦੀ ਸ਼ਿਕਾਇਤ ਵੀ ਕੀਤੀ। ਯਾਤਰੀਆਂ ਨੇ ਦੱਸਿਆ ਕਿ ਉਹ ਲੋਕ ਬਹੁਤ ਡਰ ਗਏ ਸਨ ਅਤੇ ਜਹਾਜ਼ ਦੇ ਵਿੱਚ ਮੌਜੂਦ ਰੋਣ ਵੀ ਲੱਗ ਪਏ ਸਨ। ਯਾਤਰੀਆਂ ਨੂੰ ਇਹ ਵੀ ਡਰ ਖਾ ਰਿਹਾ ਸੀ ਕਿ ਕਿਤੇ ਫਲਾਈਟ ਹੇਠਾਂ ਨਾ ਜਾ ਡਿੱਗੇ, ਹਾਲਾਂਕਿ ਸਾਰੀ ਘਟਨਾ ਦਾ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਯਾਤਰੀਆਂ ਦਾ ਕਹਿਣਾ ਹੈ ਕਿ ਜਹਾਜ਼ ਦੇ ਵਿੱਚ ਸਵਾਰ ਲੋਕ ਬਹੁਤ ਡਰ ਗਏ ਸਨ ਅਤੇ ਜਹਾਜ਼ ਦੇ ਵਿੱਚ ਮੌਜੂਦਾ ਲੋਕ ਰੋਣ ਵੀ ਲੱਗ ਪਏ ਸਨ। ਯਾਤਰੀਆਂ ਨੂੰ ਡਰ ਸੀ ਕਿ ਕਿਤੇ ਫਲਾਈਟ ਹੇਠਾਂ ਜਾ ਨਾ ਡਿੱਗੇ। ਕੋਰੀਅਨ ਏਵੀਏਸ਼ਨ ਅਥਾਰਟੀ ਨੇ ਫਲਾਈਟ ਦੀ ਤਕਨੀਕੀ ਖਰਾਬ ਕਾਰਨ ਜਾਣਨ ਦੇ ਲਈ ਜਾਂਚ ਦੇ ਹੁਕਮ ਦਿੱਤੇ ਨੇ ਅਤੇ ਸਾਰੇ ਯਾਤਰੀਆਂ ਨੂੰ 19 ਘੰਟੇ ਬਾਅਦ ਇੱਕ ਦੂਜੀ ਫਲਾਈਟ ਤੋਂ ਤਾਇਵਾਨ ਦੇ ਤਾਇਪੇ ਪਹੁੰਚਾਇਆ ਗਿਆ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।